भी थाईलैंड आएंगे आने से पहले मेरी इस वीडियो के जरिए आप दो चीजें जरूर याद करके आए। खोपकुन खा का मतलब है थैंक यू, और दूसरा जो शब्द है जो वर्ड जो है स्वागत, इसको बोलते हैं वेलकम। सो आप जब भी थाईलैंड आएंगे आने से पहले मेरी इस यूट्यूब वीडियो के जरिए आप ये दो चीजें सीख कर जरूर आए। ਸਤਿ ਸ਼੍ਰੀ ਅਕਾਲ ਜੀ, ਨੂੰ ਵੰਸ ਅਗੇਨ ਦਿਸ ਇਜ਼ ਮਨੀ ਸੰਧੂ ਗਾਇਜ਼। ਸੋ ਗਾਇਜ਼ ਆਪਾਂ ਹੁਣ ਹੋਟਲ ਤੋਂ ਚੈੱਕਆਊਟ ਕਰ ਲਿਆ ਜੀ। ਸੋ ਹੇ ਵੀ ਹੈਵ ਹੋਟਲ ਸਟਾਫ, ਬਹੁਤ ਹੀ ਘੈਂਟ ਬੰਦੇ ਨੇ, ਔਸਮ ਬੰਦੇ ਨੇ, ਥਾਈਲੈਂਡ ਪਤਾਇਆ ਹੋਟਲ ਗੋਲਡਨ ਸੀ, ਔਸਮ ਸਟਾਫ, ਔਸਮ ਸਰਵਿਸ। ਸੋ ਕੋਪੁਨ ਖਾਓ। ਸੋ ਗਾਇਜ਼ ਮਿਲਦੇ ਹਾਂ ਜੀ ਨੈਕਸਟ ਹੋਟਲ ਵਿੱਚ ਇਨ ਬੈਂਕੋਕ। ਲਵ ਯੂ ਆਲ। Thank you. Thank you. You can slide? Yes. Slide. Hi everyone, Sat Sri Akaal once again. So guys, ਸਾਡੀ ਟੈਕਸੀ ਆ ਗਈ ਹੈ, ਅਸੀਂ ਫਰੋਮ ਪਤਾਇਆ ਟੂ ਬੈਂਕੋਕ ਜਾਣ ਲਈ ਰੈਡੀ ਹਾਂ, ਔਰ ਹੇਅਰ ਵੀ ਹੈਵ ਵੈਰੀ ਔਸਮ ਡਰਾਈਵਰ, ਹੈਂਡਸਮ ਡਰਾਈਵਰ। ਸੋ ਆਪਾਂ ਚੱਲੇ ਹਾਂ ਜੀ ਗੱਡੀ ਦੇ ਵਿੱਚ, ਟੈਕਸੀ ਦੇ ਵਿੱਚ। ਨਮਸਤੇ ਇੰਡੀਆ ਸਤਿ ਸ਼੍ਰੀ ਅਕਾਲ ਸੋ ਗਾਇਜ਼ ਆਪਾਂ ਹੁਣ ਚੱਲੇ ਹਾਂ ਜੀ ਘੈਂਟ ਬੰਦੇ ਨੇ ਔਸਮ ਬੰਦੇ ਨੇ ਇੰਜੋਏ ਕਰ ਰਹੇ ਹਾਂ ਸੋ ਪਤਾ ਹੈ ਤੂੰ ਬੈਂਕੋਕ ਸੋ ਗੱਡੀ ਆ ਗਈ ਬਹੁਤ ਘੈਂਟ ਇੰਜੋਏ ਕਰ ਰਹੇ ਹਾਂ ਜੀ ਥਾਈਲੈਂਡ ਦੇ ਵਿੱਚ ਬਹੁਤ ਫਨ ਕੀਤ
ਗਾਇਜ਼ ਆਪਾਂ ਪਹੁੰਚ ਗਏ ਹਾਂ ਜੀ ਬੈਂਕੋਕ ਦੇ ਵਿੱਚ ਔਰ ਆਪਾਂ ਹੋਟਲ ਚੈੱਕ ਇਨ ਕਰ ਰਹੇ ਹਾਂ ਜੀ ਸੋ ਵੇਟਿੰਗ ਫੋਰ ਚੈੱਕ ਇਨ ਰੂਮ ਕੀ ਔਰ ਬਹੁਤ ਹੀ ਘੈਂਟ ਹੋਟਲ ਆ
ਜੀ ਆਪਾਂ ਆ ਗਏ ਜੀ ਆਪਾਂ ਥਾਈਲੈਂਡ ਬੈਂਕੋਕ ਦੀ ਸਿਟੀ ਦੇ ਵਿੱਚ ਬੈਂਕੋਕ ਆ ਗਏ ਹਾਂ ਜੀ ਸੋ ਆਪਾਂ ਖਾਣ ਲੱਗੇ ਜੀ ਚਿਕਨ ਰਾਈਸ ਔਰ ਸਵੀਟ ਫੂਡ ਹੈ ਜੀ ਬਹੁਤ ਵਧੀਆ ਸੋ ਆਪਾਂ ਟੇਸਟ ਕਰਨ ਲੱਗੇ ਹਾਂ ਤੁਹਾਡੇ ਲਈ ਟੇਸਟ ਕਰਨ ਲੱਗੇ ਹਾਂ ਫਿਰ ਤੁਹਾਨੂੰ ਦੱਸਾਂ ਕਿਹੋ ਜਿਹਾ ਬਣਿਆ ਇੱਥੇ ਵੀ ਸ਼ੁਰੂ ਕਰਦੀ ਹੋ ਸੋਈ ਇੱਥੇ ਵੀ ਤੜਕੇ ਲਾਈ ਜਾਂਦੇ ਹੋ ਆਪਣੇ ਅਕੋਰਡਿੰਗ ਬਣਵਾਉਣਾ ਵਾ ਸਹੀ ਸਹੀ